हाँ जी दोस्तों, अज आप लैके आए हैं नवी वीडियो जिसे आप सूँ दसागे झींगा फार्मिंग बारे। तो करते हैं बाई गलबात कि रहता प्रोसैस की हाल चाल बाई जी। आपको पहले तो अपने फार्म बारे दसो भी किमें विचार आया अपने मन से भी आप खेती फार्मिंग करिए जी। ये भाई जी 2019 ਦੇ ਵਿੱਚ ਮਤਲਬ ਜਦੋਂ ਪਤਾ ਲੱਗਿਆ ਵੀ ਆਪਣੇ ਪੰਜਾਬ ਦੇ ਵਿੱਚ ਝਿੰਗੇ ਦੀ ਖੇਤੀ ਹੋ ਰਹੀ ਹੈ ਸਾਰੇ ਪਾਸੇ ਠੀਕ ਹੈ। ਅੱਛਾ ਬਾਈ, ਉਦੋਂ ਸਾਨੂੰ ਮਤਲਬ ਮੁਕਤਸਰ ਸਾਈਡ ਇਹ ਬਹੁਤ ਬਣੇ ਹੋਏ ਨੇ ਕਲਾਸ ਮੁਕਤਸਰ ਬੋਲ, ਉੱਥੇ ਜਾ ਕੇ ਦੋਸਤ ਮਿੱਤਰਾਂ ਨਾਲ ਮਿਲੇ ਤਾਂ ਉਹਨਾਂ ਤੋਂ ਪਤਾ ਲੱਗਿਆ ਵੀ ਝਿੰਗਾ ਫਾਰਮਿੰਗ ਆਪਣੇ ਸਾਰੇ ਪਾਣੀ ਦੀ ਖੇਤੀ ਹੈ ਜੋ ਕਿ ਆਪਣੇ ਹੋ ਸਕਦੀ ਹੈ ਠੀਕ ਕਿਉਂਕਿ ਸਾਡੇ ਜ਼ਮੀਨ ਵਿੱਚ ਤਾਂ ਪਾਣੀ ਖਾਰਾ ਹੈ। ਠੀਕ ਹੈ ਬਾਈ। ਤੇ ਉਦੋਂ 2019 ਦੇ ਵਿੱਚ ਅਸੀਂ ਜਦੋਂ ਬੋਰ ਲਾਇਆ ਉਸ ਤੋਂ ਬਾਅਦ ਲੋਕਡਾਊਨ ਲੱਗ ਗਿਆ ਤੇ ਪਰ ਉਦੋਂ ਤਾਂ ਸਾਨੂੰ ਕਨੈਕਸ਼ਨ ਨਹੀਂ ਮਿਲਿਆ। 2020 ਚ ਫਿਰ ਇਹਦੀ ਸਟਾਰਟਿੰਗ। अच्छा, ते भाई पट पटाई वगैरह दा इहदा किद्दां दा रिहा प्रोसैस भी आपां आप ही कीती जां हाँ कि? जी पटाई आपां ने डोली कराई आपां कीती। ठीक है जी। ते आपां नूं इह किन्ना डूंगा बटना पैंदा जी धरती ये कोई वगैरह? मतलब हूं तां जे आपां अच्छी जमीन दी तली तों तां 2 फुट जे आपां मिट्टी दी पटाई करदे तां खेतां ते बन्न पै जांदे आ। ठीक है जी। पर जिवें हुण इह तुसीं देख रहे हो बन्न लगभग 5 फुट दे करीब ने, ठीक है, 3 तों 3.5-4 फुट पाणी आपां इहदे वध तों वध रखदे हां। ठीक है। आम दिनों के पानी आपको सुखना जरूरी है जी कि नहीं सुखना चाहिए? चलते कल च हाँ जी हाँ जी चलते कल चाहता भाई जी। मतलब पानी यदा वो सुखना जो सुखता थोड़ा बहुत तो चंगा ही है। अच्छा अच्छा क्योंकि तो पानी का बदल हों रहा थोड़ा जहा सुक गया थोड़ा जहाँ मोटर चला के नवा ऐड हो जाता तो वो मतलब बदलता रहना। तो किन्ने रुपया का प्रोजेक्ट है जी जो आप शुरू करना पहलिया चाहिए? पहले साल भाई जी असलियत 10 लाख रुपया 1 किलो के खर्चे का आता। अच्छा जी अच्छा अच्छा 8 से 10 लाख आप कह सकते। ठीक है जी। तो जोड़ा जरूरी समान है जी जिमें हो गए हवा वाले पखे जो होंगे जिमें भी वह समान आपको सौखा ही मिल जाता है कि किन्ने? हाँ जी वो सारे मतलब मुक्तसर साइड डीलर बैठे उन्होंने को सारा मिल जाता। तो यहाँ प्रोसीड का दसो बी जी की प्रोग्राम है जो बच्चा यदा डील बाई जी आंध्र प्रदेश का आता ज़्यादातर। अच्छा समुद्र के कंडे तो गोवा भी है आंध्र प्रदेश जो समुद्र के कंडे लगते हैं उत्तर इन्होंने है। अच्छा जी। तो आप हिसाब न मिलता है जी ये? ਇਹ ਬਾਈ ਜੀ ਮਤਲਬ ਪਲਾਈ ਚ ਨਹੀਂ 50 ਪੈਸੇ ਤੋਂ ਲੱਗ ਕੇ ਆਪਾਂ ਕਹਿ ਸਕਦੇ ਹਾਂ ਵੀ 70 ਪੈਸੇ ਤੱਕ 80 ਪੈਸੇ ਤੱਕ ਵੀ ਹੈਗਾ ਸੀ। ਅੱਛਾ ਜੀ ਠੀਕ ਹੈ ਮਤਲਬ ਠੀਕ ਹੈ। ਅਤੇ ਖਾਣ ਦਾ ਇਹਨਾਂ ਦਾ ਕੀ ਪ੍ਰੋਗਰਾਮ ਹੈ ਜੀ? ਉਹ ਕੋਈ ਇਹਨਾਂ ਦਾ ਜਿਹੜਾ ਭੋਜਨ ਹੈ ਉਹਨਾਂ ਦਾ ਕੀ ਹੈ ਇਹ ਇਹਨਾਂ ਦਾ? ਇਹਨੂੰ ਬਾਈ ਜੀ ਪੈਂਦੀ ਹੈ। ਅੱਛਾ ਜੀ ਸਪੈਸ਼ਲ। ਹਾਂਜੀ ਹਾਂਜੀ ਇਹਦੀ ਸਪੈਸ਼ਲ ਝਿੰਗੇ ਦੀ ਫਿਸ਼ ਹੁੰਦੀ ਹੈ। ਅੱਛਾ ਜੀ ਇਹ ਉਹ ਵੀ ਸਾਰੀਆਂ ਫੈਕਟਰੀਆਂ ਉੱਧਰ ਨਹੀਂ ਹੈਗੀਆਂ। ਅੱਛਾ ਅਤੇ ਉਹ ਆਪੇ ਫਿਰ ਟਰਾਂਸਪੋਰਟ ਰਾਹੀਂ ਆਪੇ ਭੇਜ ਦਿੰਦੇ? ਹਾਂਜੀ ਹਾਂਜੀ ਉਹ ਡੀਲਰਾਂ ਨਾਲ ਮਤਲਬ ਆਪਣੀ ਜਿਹਨਾਂ ਨਾਲ ਗੱਲਬਾਤ ਹੁੰਦੀ ਹੈ। ਅੱਛਾ ਜੀ ਉਹਨਾਂ ਤੋਂ ਮਿਲ ਜਾਂਦੀ ਹੈ ਪੂਰੀ। ਤੇ ਮੌਸਮ ਜੀ ਇਹ ਕਿਹੋ ਜਿਹਾ ਭਾਲਦਾ ਆਪਣਾ ਇਹ ਜੋ ਮੌਸਮ ਬਾਈ ਜੀ ਇਹ ਗਰਮੀ ਭਾਲ ਹੋ ਗਿਆ? ਅੱਛਾ ਜੀ। ਹਾਂ ਤੇ ਹੁੰਦੀ ਇੱਕ ਵਾਰੀ ਇਹ ਆਪਣੇ ਪੰਜਾਬ ਦੇ ਵਿੱਚ ਪੰਜਾਬ ਦੇ ਮੌਸਮ ਦੇ ਹਿਸਾਬ ਨਾਲ ਤਾਂ ਇੱਕ ਵਾਰੀ। ਅੱਛਾ ਜੀ ਅੱਛਾ ਜੀ। ਤੇ ਕੋਈ ਜ਼ਿਆਦਾ ਜਦੋਂ ਮੀਂਹ ਮੂੰਹ ਗਰਮੀਆਂ 'ਚ ਪੈਂਦੀ ਆ ਜੀ ਉਦੋਂ ਕੋਈ ਦਿੱਕਤ ਇਹਨਾਂ ਨੂੰ? ਨਹੀਂ ਮੀਂਹ ਦੀ ਬਾਈ ਜੀ ਕੋਈ ਅੱਜ ਤੱਕ ਤਾਂ ਆਈ ਨਹੀਂ ਸ਼ਾਇਦ। ਅੱਛਾ ਜੀ ਅੱਛਾ ਠੀਕ ਹੈ ਜੀ। ਤੇ ਇਹਦੀ ਸਾਫ਼ ਸਫਾਈ ਕਿੰਨੀ ਕੁ ਰੱਖਣੀ ਪੈਂਦੀ ਹੈ ਜੀ ਆਪਾਂ ਨੂੰ ਜਦੋਂ ਮਗਰੋਂ ਜੀ ਕੱਢ ਲੈਂਦੇ ਆਪਾਂ ਇਹ ਵੇਚ ਦਿੰਦੇ ਹਾਂ ਬੱਚਾ? ਇਹ ਹੁਣ ਬਾਈ ਜੀ ਦੇਖੋ ਮਤਲਬ ਸੁੱਕੇ ਰੱਖ ਕੇ ਉਹਨਾਂ ਨੂੰ ਬਾਅਦ ਹੀ ਰੱਖ ਦਿੰਦੇ ਹਾਂ। ਅੱਛਾ ਜੀ ਅੱਛਾ ਬਾਈ ਵਗੈਰਾ ਠੀਕ ਹੈ ਬਾਕੀ ਕੱਢਦੇ ਹਾਂ। ਅੱਛਾ ਜੀ ਕੱਢ ਕੇ ਬਾਅਦ ਸੁੱਕਣੀ ਪੈਂਦੀ ਹੈ। ਠੀਕ ਹੈ ਠੀਕ। ਅਤੇ ਉਦੋਂ ਚੱਲਦੇ ਦਿਨਾਂ 'ਚ ਜਦੋਂ ਸੀਜ਼ਨ ਚੱਲਦਾ ਜੀ ਇਹਦਾ ਉਦੋਂ ਫਿਰ ਕਿੰਨੀ ਕੁ ਗੌਰ ਰੱਖਣੀ ਪੈਂਦੀ ਆਪਾਂ ਨੂੰ ਜੀ? ਉਦੋਂ ਇਹਦੀ ਸਾਵਧਾਨੀ ਬਹੁਤ ਹੈ। ਅੱਛਾ ਹਾਂਜੀ ਉਦੋਂ ਤਾਂ ਮਤਲਬ ਇਹਦੀ ਲਾਈਟ ਵਗੈਰਾ ਦੀ ਸਾਵਧਾਨੀ ਵੀ ਰੇਡੀਏਟਰ ਬਾਰੇ ਅੱਛਾ ਜੀ ਆਪਣੇ ਹੋਰ ਮੰਨ ਲਓ ਇਹਦੀ ਬਿਮਾਰੀ ਦਾ ਵੀ ਧਿਆਨ ਰੱਖਣਾ ਪੈਂਦਾ ਹਰ ਵਕਤ। ਮਤਲਬ ਆਪਾਂ ਕਹਿ ਸਕਦੇ ਹਾਂ ਵੀ 24 ਘੰਟੇ ਫਾਰਮ ਦੇ ਉੱਪਰ ਰਹਿਣਾ ਪੈਂਦਾ। ਠੀਕ ਹੈ। ਅਤੇ ਜਿਹੜਾ ਆਮ ਬੰਦਾ ਹੈ ਜੀ ਇੱਕ ਉਹ ਦੇਖ ਸਕਦਾ ਇਹਨੂੰ ਵੀ ਕੀ ਇਹਨੂੰ ਕੀ ਬਿਮਾਰੀ ਹੈ ਜਾਂ ਕੋਈ ਭੋਜਨ ਖਾਧਾ ਪੀਤਾ ਜਾਂ ਉਹਦਾ? ਹਾਂਜੀ ਪਤਾ ਲੱਗ ਜਾਂਦਾ ਇਹਦੇ ਵਿੱਚ ਮਤਲਬ ਇਹਦੀ ਫੂਡ ਪੈਪ ਹੁੰਦੀ ਹੈ। ਅੱਛਾ ਜੀ ਅੱਛਾ। ਸਾਰਾ ਉਸੇ ਰਾਹੀਂ ਪਤਾ ਲੱਗਦਾ ਵੀ ਇਹਨੇ ਫੂਡ ਪੈਪ ਰਾਹੀਂ ਕਿੰਨੀ ਸਪੀਡ ਚੱਕੀ ਹੈ ਨਹੀਂ ਚੱਕੀ ਕੀ ਕੰਡੀਸ਼ਨ ਹੈ ਇਹਦੀ ਉਹ ਸਾਰਾ ਉਸੇ ਰਾਹੀਂ ਪਤਾ ਲੱਗਦਾ। ਤੇ ਪਾਣੀ ਡੇਲੀ ਬਦਲਣਾ ਪੈਂਦਾ ਜੀ? ਨਹੀਂ ਡੇਲੀ ਨਹੀਂ ਆਪਾਂ ਕਹਿ ਸਕਦੇ ਬਾਈ ਜੀ ਡੇਲੀ ਤਾਂ ਮਤਲਬ ਜਿਵੇਂ ਜਿਵੇਂ ਆਪਣੇ ਮਤਲਬ ਛੱਪੜਾਂ ਦੇ ਵਿੱਚੋਂ ਪਾਣੀ ਸੁੱਕਦਾ ਉਹਦੇ ਹਿਸਾਬ ਨਾਲ ਪੂਰਾ ਰੱਖਣਾ ਪੈਂਦਾ ਪਾਣੀ। ਅੱਛਾ ਜੀ। ਹਾਂਜੀ ਉਹ ਹੁਣ ਛੱਪੜ ਤੇ ਨਿਰਭਰ ਹੈ ਵੀ ਉਹ ਕਿੰਨਾ ਪਾਣੀ ਉਹਦੇ 'ਚ ਸੁੱਕਦਾ। ਅੱਛਾ। ਤੇ ਇਹ ਕਿੰਨੇ ਆਪਣਾ 1 ਏਕੜ ਦੇ ਵਿੱਚ ਇਹ ਜੋ ਆਪਣਾ ਪੱਟਿਆ ਹੋਇਆ? ਇਹ 3 ਏਕੜ ਦਾ ਬਾਈ। ਅੱਛਾ 3 ਏਕੜ। 3 ਏਕੜ ਦੇ 2 ਨੇ 2.5 ਕਿੱਲੇ ਨੇ। ਠੀਕ ਹੈ ਜੀ। ਤੇ ਇੱਕ ਮੋਟਰ ਵਾਧੂ ਰਹਿੰਦੀ ਹੈ ਬਾਈ ਇਹਨਾਂ ਨੂੰ? ਹਾਂਜੀ ਮੋਟਰ ਇੱਕ 5 ਇੰਚੀ ਪਾਣੀ। ਅੱਛਾ ਅੱਛਾ ਕੋਈ ਸਮੱਸਿਆ ਨਹੀਂ। ਬਾਕੀ ਫਿਰ ਜੇ 2 ਮੋਟਰ ਲਾਉਣੇ ਤਾਂ ਬਾਈ ਜੀ ਲੋਡ ਵਧਾਉਣਾ ਪੈਂਦਾ। ਅੱਛਾ ਜੀ ਅੱਛਾ। ਉਧਰ ਸਮੱਸਿਆ ਆਉਂਦੀ ਹੈ। ਠੀਕ ਹੈ। ਤੇ ਜਿਹੜੇ ਬਾਈ ਉਹ ਪੱਖੇ ਲੱਗੇ ਆ ਬਸ ਉਹਨਾਂ ਦਾ ਕੰਮ ਇੰਨਾ ਹੀ ਹੈ ਵੀ ਇਹਨਾਂ ਨੂੰ ਆਕਸੀਜਨ ਮਿਲ? ਹਾਂਜੀ ਹਾਂਜੀ ਉਹ ਇੱਕ ਥਾਂ ਤੇ ਮਤਲਬ ਜਿਵੇਂ ਇੱਥੇ ਕੋਨੇ ਦੇ ਵਿੱਚ ਲੱਗੇ ਕੋਹ ਕੋਨੇ 'ਚ ਲੱਗੇ ਜਾਲੇ ਐਵੇਂ ਲੱਗੇ ਹੁੰਦੇ ਨੇ ਉਹ ਪੂਰੇ ਪਾਣੀ ਦਾ ਐਵੇਂ ਸਰਕਲ ਬਣਾ ਦਿੰਦੇ। ਠੀਕ ਹੈ। ਹਾਂਜੀ। ਤੇ ਕਿੱਲੇ ਵਾਹਣ 'ਚ ਬਾਈ ਕਿੰਨੇ ਕੁ ਚਾਹੀਦੇ ਆ ਉਹ? ਉਹ ਮਤਲਬ ਪਾਉਂਡ ਦੀ ਸ਼ੇਪ ਤੇ ਨਿਰਭਰ ਹੈ ਜਿਵੇਂ ਹੁਣ ਇਹ ਲੰਬਾਈ 'ਚ ਲਗਾ ਲਓ। ਅੱਛਾ ਜੀ। ਇਹ ਲੰਬਾਈ 'ਚ ਇਹਦੀ ਚੜਾਈ ਘੱਟ ਤੇ ਇਹਦੇ ਵਿੱਚ 1.5 ਕਿੱਲੇ 'ਚ 6 ਲੱਗੇ ਹੋਏ ਨੇ। ਅੱਛਾ ਜੀ। ਹਾਂਜੀ
ਠੀਕ ਹੈ ਉਹਨਾਂ ਦੀ ਬਾਈ ਰਿਪੇਅਰ ਰਿਪੂਰ ਕਿੰਨੀ ਕੁ ਫਿਰ? ਰਿਪੇਅਰ ਤਾਂ ਕੋਈ ਉਹਨਾਂ ਦੀ ਖਾਸ ਨਹੀਂ ਬਾਈ ਜੀ, ਫਿਲਹਾਲ ਅਸੀਂ ਤਾਂ ਮਤਲਬ ਹਲੇ ਸਾਲ ਹੀ ਹੋਏ ਨਵੇਂ ਲਏ, ਅੱਛਾ ਜੀ, ਉਸ ਤੋਂ ਬਾਅਦ ਉਹ 'ਚ ਬਸ ਇੱਕ ਦੋ ਮੇਜਰ ਪ੍ਰੋਬਲਮ ਹੀ ਆਉਂਦੀਆਂ ਨੇ, ਜਿਵੇਂ ਜ਼ਿਆਦਾਤਰ ਤਾਂ ਜੇ ਵੀ ਕਹਿਣ ਦਾ ਭਾਵ ਕਈ ਵਾਰ ਦੇਖਿਆ ਹੋਰ ਸੱਜਣ ਮਿੱਤਰਾਂ ਦੇ ਵੀ ਮੋਟਰ ਦੀ ਸੜਨ ਦੀ ਸਮੱਸਿਆ ਜ਼ਰੂਰ ਆਉਂਦੀ, ਹੋਰ ਕੋਈ ਉਹ 'ਚ ਖਾਸ ਸਮੱਸਿਆ ਨਹੀਂ ਆਉਂਦੀ। ਠੀਕ ਹੈ, ਅਤੇ ਕਿੱਡੀ ਕੁ ਮੋਟਰ ਹੈ ਬਾਈ ਉਹਦੇ ਵਿੱਚ? ਉਹ 2 HP ਦੀ ਮੋਟਰ ਹੁੰਦੀ ਹੈ। ਅੱਛਾ, 2, ਫਿਰ ਤਾਂ ਕਾਫੀ ਵੱਡੀ ਮੋਟਰ ਹੈ ਬਾਈ ਉਹ 'ਚ। ਹਾਂਜੀ ਹਾਂਜੀ, ਠੀਕ ਹੈ। ਅਤੇ ਬਾਈ ਉਹ ਜ਼ਮੀਨ ਦਾ ਕੋਈ ਚੱਕਰ ਨਹੀਂ, ਕੋਈ ਹੋਵੇ ਡਾਕਰ ਜ਼ਮੀਨ ਹੋਵੇ ਜਾਂ ਤਸੀਲੀ ਹੋਵੇ ਕਿੱਦਾਂ ਦੀ? ਜੇ ਮਤਲਬ ਡਾਕਰ ਜ਼ਮੀਨ ਆ ਤਾਂ ਉਹਦੇ ਵਿੱਚ ਇੱਕ ਬੈਨੀਫਿਟ ਹੋ ਜਾਂਦਾ ਵੀ ਪਾਣੀ ਘੱਟ ਸੁੱਕਦਾ ਜੀ। ਅੱਛਾ ਜੀ, ਰੇਸਲੀ ਜ਼ਮੀਨ 'ਚ ਪਾਣੀ ਦੀ ਸਮੱਸਿਆ ਆਉਂਦੀ ਹੈ, ਫਿਰ ਜਦੋਂ ਪਾਣੀ ਸੁੱਕਦਾ ਪਾਣੀ ਦੇ ਨਾਲ ਜਿਹੜੇ ਆਪਾਂ ਵਿੱਚ ਤੱਤ ਪਾਉਂਦੇ ਹਾਂ ਮਤਲਬ ਜਿਵੇਂ ਮੈਗਨੀਸ਼ੀਅਮ ਪੋਟਾਸ਼, ਉਹਨਾਂ ਦਾ ਖਰਚਾ ਵੱਧ ਜਾਂਦਾ ਕਿਉਂਕਿ ਉਹ ਹੋਰ ਐਡ ਕਰਨੇ ਪੈਂਦੇ ਆ। ਠੀਕ ਹੈ, ਰੇਸਲੀ ਜ਼ਮੀਨ ਦਾ ਥੋੜ੍ਹਾ ਜਿਹਾ ਇਹ ਨੁਕਸਾਨ ਆਪਾਂ ਨੂੰ ਦੇਖਣ। ਅਤੇ ਇਹ ਬਾਈ ਕਾਮਯਾਬ ਵੀ ਫਿਰ ਕੱਚਾ ਹੀ ਹੈਗਾ ਵੀ ਮੁਝੇ ਕਈ ਵਾਰ ਕੋਈ ਬਾਈ ਜਿਵੇਂ ਕਾਗਜ਼ ਪਾਉਂਦੇ ਆ ਉਹ ਫੇਲ ਹੈ ਕੰਮ ਕੇ? ਨਹੀਂ ਫੇਲ ਤਾਂ ਨਹੀਂ ਕਹਿ ਸਕਦੇ ਬਾਈ ਜੀ, ਜਿਹੜੀ ਅਸਲ ਦੇ ਵਿੱਚ ਕਾਗਜ਼ ਹੈ, ਕਾਗਜ਼ ਇੱਕ ਲੋੜ ਹੈ। ਅੱਛਾ, ਉਹ ਕਿਵੇਂ ਹੈ ਵੀ ਜਿਵੇਂ ਹੁਣ ਰਾਜਸਥਾਨ ਦੇ ਵਿੱਚ ਉੱਥੇ ਸਾਰਾ ਮਤਲਬ ਆਪਾਂ ਕਹਿ ਦਿੰਦੇ ਹਾਂ ਵੀ ਕਿੱਦਾਂ ਦਾ ਏਰੀਆ, ਉੱਥੇ ਦੇਖੋ ਪਾਣੀ ਤਾਂ ਖੜਦਾ ਨਹੀਂ ਸੀ ਕਿਤੇ, ਇੱਕ ਪਾਣੀ ਦੀ ਸ਼ੋਰਟੇਜ ਹੈ, ਉਹ ਲੋਕਾਂ ਦੀ ਤਾਂ ਲੋੜ ਹੈ। ਪਰ ਆਪਣੇ ਵੀ ਕਈ ਮਤਲਬ ਲੋਕਾਂ ਨੇ ਲਾ ਰੱਖੇ ਨੇ, ਉਹ ਅੱਡੋ ਅੱਡ ਸੋਚ ਹੈ ਬਸ, ਉਹਦਾ ਬੈਨੀਫਿਟ ਵੀ ਹੈ ਅਤੇ ਉਹਦਾ ਨੁਕਸਾਨ ਵੀ। ਅੱਛਾ, ਬੈਨੀਫਿਟ ਤਾਂ ਇਹ ਵੀ ਉਹਦੀ ਖੁਰਾਕ ਵਗੈਰਾ ਘੱਟ ਪੈਂਦੀ ਹੈ ਪੋਲੀਥੀਨ ਦੇ ਵਿੱਚ, ਅਤੇ ਪਾਣੀ ਘੱਟ ਸੁੱਕਦਾ, ਸੁੱਕਦਾ ਹੀ ਨਹੀਂ ਲਾ ਲਓ ਨਾ ਮਾਤਰ ਸੁੱਕਦਾ, ਜਦੋਂ ਪਾਣੀ ਪੂਰਾ ਜ਼ਮੀਨ ਨਾਲ ਤਾਂ ਸੰਪਰਕ ਹੀ ਕੱਟਿਆ ਗਿਆ, ਅਤੇ ਉਹਦੇ ਇੱਕ ਦੋ ਨੁਕਸਾਨ ਵੀ, ਇੱਕ ਦੋ ਦੀ ਸਾਵਧਾਨੀ ਬਹੁਤ ਰੱਖਣੀ ਪੈਂਦੀ ਹੈ, ਲਾਜੋ 'ਚੋਂ ਟਾਈਮ ਟੂ ਟਾਈਮ ਕੱਢਣੀ ਪੈਂਦੀ ਹੈ, ਠੀਕ ਹੈ, ਬਾਕੀ ਜਿਵੇਂ ਹੁਣ ਆਕਸੀਜਨ 'ਚ ਵੀ ਉਹਦੀ ਦੇਖਭਾਲ ਪੂਰੀ ਕਰਨੀ ਪੈਂਦੀ ਹੈ। ਹਾਂ ਬਾਈ, ਕੁੱਤੇ ਕਾਤਿਆਂ ਤੋਂ ਵੀ ਦਿੱਕਤ ਹਾਂਜੀ ਆਉਂਦੀ ਹਾਂਜੀ ਰਹਿੰਦੀ ਹਾਂ 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 ਅਤੇ ਬਾਈ ਇਹਦੇ 'ਚੋਂ ਨਹੀਂ ਕੱਢਦੇ ਕੁੱਤੇ ਮੱਛੀਆਂ ਨੂੰ ਇਹਨਾਂ ਨੂੰ? ਕੱਢਦੇ ਆ ਬਾਈ ਜੀ ਉਦੋਂ, ਪਰ ਫਿਰ ਉਹ ਰੱਖ ਕੇ ਰੱਖਣੀ ਪੈਂਦੀ ਹੈ। ਅੱਛਾ, ਅਤੇ ਲਾਈਟ ਦਾ ਪ੍ਰਬੰਧ ਬਾਈ, ਫਿਰ ਜਨਰੇਟਰ ਵੀ ਲਿਆਉਣਾ ਪੈਂਦਾ ਫਿਰ? ਹਾਂਜੀ ਹਾਂ, ਜਨਰੇਟਰ ਵੀ ਹੈ, ਬਾਕੀ 24 ਘੰਟਾ ਅਸੀਂ ਕਿਸੇ ਦਾ ਕਨੈਕਸ਼ਨ ਹੈਗਾ, ਜੇ ਮਤਲਬ ਲਾਈਟ ਜਾਂਦੀ ਹੈ ਤਾਂ ਆਪਣੇ ਕੋਲ ਜਨਰੇਟਰ ਵੀ ਹੈਗਾ। ਠੀਕ ਹੈ, ਅਤੇ ਬਾਈ ਜੀ ਪਾਣੀ ਆਪਾਂ ਨੂੰ ਕਿੱਦਾਂ ਦਾ ਚਾਹੀਦਾ ਇਹਦੇ ਵਾਸਤੇ? ਪਾਣੀ ਦੇ ਬਾਈ ਜੀ ਇਹਦੇ ਮਤਲਬ ਕਈ ਪੈਰਾਮੀਟਰ ਹੁੰਦੇ ਨੇ। ਅੱਛਾ ਜੀ, ਜਿਵੇਂ ਹੁਣ ਆਪਾਂ ਨੂੰ ਇਹਦੇ 'ਚ ਘੱਟੋ ਘੱਟ 6 ਜਾਂ 7 ਨੰਬਰ ਸੈਲਿਨਿਟੀ ਚਾਹੀਦੀ ਹੁੰਦੀ ਹੈ ਪਾਣੀ 'ਚ। ਅੱਛਾ ਜੀ, ਹਾਂ, ਉਹਦੇ ਵਿੱਚ ਸੈਲਿਨਿਟੀ ਦੇ ਹਿਸਾਬ ਨਾਲ ਇਹਦੇ ਹੋਰ ਪੈਰਾਮੀਟਰ ਹੁੰਦੇ ਜਿਵੇਂ ਕਿ ਮੈਗਨੀਸ਼ੀਅਮ, ਪੋਟਾਸ਼, ਆਪਣੇ ਥੋੜ੍ਹਾ ਜਿਹਾ ਪਾਣੀਆਂ 'ਚ ਕਹਿ ਦਊਂ ਜਿਵੇਂ ਆਪਣੇ ਹੇਠਲੇ ਪਾਣੀਆਂ 'ਚ ਬੋਰਾਂ 'ਚ ਪੋਟਾਸ਼ ਦੀ ਕਮੀ ਹੈ, ਉਹ ਫਿਰ ਬਾਹਰੋਂ ਐਡ ਹੋ ਜਾਂਦੇ ਆ, ਮੈਗਨੀਸ਼ੀਅਮ ਵੀ ਬਾਹਰੋਂ ਐਡ ਹੋ ਜਾਂਦੇ। ਠੀਕ ਹੈ, ਅਤੇ ਆਪਾਂ ਨੂੰ ਬੰਦੇ ਬਾਈ ਕਿੰਨੇ ਕੁ ਰੱਖਣੇ ਪੈਂਦੇ ਇਹਦੇ ਵਾਸਤੇ? ਬੰਦੇ ਬਾਈ ਜੀ ਜਿਵੇਂ ਹੁਣ ਅਸੀਂ ਤਾਂ ਖੁਦ ਨਾਲ ਲੱਗ ਜਾਂਦੇ ਹਾਂ ਤਾਂ ਫਿਰ 3 ਏਕੜ 'ਤੇ ਇੱਕ ਬੰਦਾ ਵੀ ਸਹੀ ਕੰਮ ਕਰੀ ਜਾਂਦਾ, ਕੋਈ ਦਿੱਕਤ ਨਹੀਂ। ਅੱਛਾ ਜੀ, ਬਾਕੀ ਜੇ ਆਪਾਂ ਫਿਰ ਖੁਦ ਨਾਲ ਨਹੀਂ ਲੱਗਦੇ ਤਾਂ ਫਿਰ ਇਹ ਕੰਮ ਹੀ ਇੱਦਾਂ ਦਾ ਵੀ ਮਾਲਕ ਬਿਨਾਂ ਤਾਂ ਚੱਲਣਾ। ਹਾਂ ਹਾਂ ਹਾਂ, ਉਹਦਾ ਕੰਮ ਤਾਂ ਬਾਈ ਇਹੀ ਹੈ ਬਸ, ਫੀਡ ਵਗੈਰਾ ਪਾਉਣਾ ਜਾਂ? ਹਾਂਜੀ ਹਾਂਜੀ, ਜਿਹੜੇ ਵੀ ਸਾਰੇ ਫਾਰਮ ਦੇ ਕੰਮ ਆ, ਜਿਵੇਂ ਮੰਨ ਲਓ ਟਾਈਮ ਨਾਲ ਰੇਟਰ ਚਲਾਉਣੇ, ਬੰਦ ਕਰਨੇ, ਫੀਡ ਪਾਉਣੀ, ਫੀਡ ਮਤਲਬ ਤੋਲ ਕੇ ਪਾਉਣੀ ਹੈ ਕੰਡੇ ਉੱਪਰ, ਅੱਛਾ ਅੱਛਾ, ਮੈਡੀਸਨ ਲਾਉਣੀ ਫੀਡ ਨੂੰ, ਠੀਕ ਹੈ, ਇਹ ਉਹਦੇ ਸਾਰੇ ਕੰਮ ਮਤਲਬ ਹੋ ਜਾਂਦੇ ਜੀ। ਅਤੇ ਕਿੰਨੀ ਕੁ ਫੀਡ ਖਾਂਦੀਆਂ ਬਾਈ ਇਹ ਦਿਨ ਦੀ, ਜੇ ਆਪਾਂ ਹਿਸਾਬ ਲਾਈਏ ਵਿਚਾਲੜੇ ਇੱਕ ਦਿਨਾਂ 'ਚ? ਇਹ ਵੇਟ ਦੇ ਹਿਸਾਬ ਨਾਲ ਫੀਡ ਪੈਂਦੀ ਹੈ। ਅੱਛਾ, ਵਜਨ ਦੇ ਅਕੋਰਡਿੰਗ ਜਿਉਂ ਜਿਉਂ ਇਹਦਾ ਵਜਨ ਵਧੀ ਜਾਂਦਾ, ਠੀਕ ਹੈ, ਉਵੇਂ ਉਵੇਂ ਮਤਲਬ ਫੀਡ ਵਧੀ ਜਾਂਦੀ ਹੈ। ਅੱਛਾ, ਸ਼ੁਰੂਆਤੀ ਦਿਨਾਂ 'ਚ ਘੱਟ ਹੁੰਦੀ ਹੈ, ਅਖੀਰਲੇ ਦਿਨਾਂ 'ਚ ਬਹੁਤ ਜ਼ਿਆਦਾ ਹੋ ਜਾਂਦੀ ਹੈ। ਅਤੇ ਸਰਕਾਰ ਵੱਲੋਂ ਬਾਈ ਆਪਾਂ ਨੂੰ ਕੀ ਸਹੂਲਤ ਮਿਲਦੀ ਹੈ ਇਹ ਕੰਮ ਕਰਨ 'ਤੇ? ਸਰਕਾਰ ਵੱਲੋਂ ਬਾਈ ਜੀ ਸਬਸਿਡੀ ਮਿਲਦੀ ਹੈ ਇਹਦੇ 'ਤੇ। ਅੱਛਾ ਜੀ, ਮਤਲਬ ਜੇ ਤਾਂ ਆਦਮੀ ਦੇ ਨਾਮ 'ਤੇ ਸਾਰਾ ਕੁਛ ਤਾਂ 40% ਹੈ, ਜੇ ਔਰਤ ਦੇ ਨਾਮ 'ਤੇ ਤਾਂ 60% ਹੈ। ਅੱਛਾ ਜੀ, ਉਹਦੇ ਵਿੱਚ ਮੰਨ ਲਓ 2.5 ਏਕੜ ਦੀ, 1 ਹੈਕਟੇਅਰ ਦੀ 14 ਲੱਖ ਰੁਪਏ ਦੀ ਫਾਈਲ ਬਣਦੀ ਹੈ, ਮਤਲਬ 14 ਲੱਖ ਪ੍ਰਪੋਜਲ ਬਣਦਾ ਹੈ। ਅੱਛਾ, ਤਾਂ ਤੁਸੀਂ ਲਾ ਲਓ 14 ਲੱਖ ਦਾ 40%, ਆਦਮੀ ਨੂੰ ਤਾਂ 5,60,000 ਰੁਪਇਆ ਆ ਜਾਂਦਾ ਜੀ। ਠੀਕ ਹੈ, ਅਤੇ ਔਰਤ ਨੂੰ ਤੁਸੀਂ ਲਾ ਲਓ 8,40,000 ਦੇ ਕਰੀਬ। ਤੇ ਸਬਸਿਡੀ ਬਾਈ ਇਹ ਤੁਰਤ ਮਿਲ ਜਾਂਦੀ ਹੈ ਕਿ ਠਹਿਰ ਕੇ ਮਿਲਦੀ ਹੈ? ਨਹੀਂ ਬਾਈ, ਜੇ ਮਤਲਬ 1 ਸਾਲ ਜਿਵੇਂ ਹੁਣ ਮੰਨ ਲਓ ਹੁਣ ਫਰਵਰੀ ਦੇ ਵਿੱਚ ਮੰਨ ਲਓ ਫਾਈਲ ਲੱਗੂਗੀ ਤਾਂ ਆਪਾਂ ਮੂਹਰੇ ਸਾਰਾ ਕਲਚਰ ਕਰਾਂਗੇ, ਮੁੜਦੇ ਸਾਲ ਮੰਨ ਲਓ ਜਨਵਰੀ ਫਰਵਰੀ ਦੇ ਵਿੱਚ ਆਉਂਦੀ ਹੈ ਤਕਰੀਬਨ। ਅੱਛਾ, ਹਾਂਜੀ, ਸਾਰੇ ਸਾਲ ਦੀ ਗਤੀਵਿਧੀਆਂ ਜਿਵੇਂ ਆਪਣਾ ਜਿੰਨਾ ਸਮਾਨ ਆਇਆ ਹੁੰਦਾ ਹੈ ਸਾਲ ਭਰ ਦੇ ਵਿੱਚ, ਫੀਡ ਆਉਂਦੀ ਆ, ਮੈਗਨੀਸ਼ੀਅਮ ਆਉਂਦਾ, ਹੋਰ ਜੋ ਸਮਾਨ ਆਪਾਂ ਪੱਖੇ ਵਗੈਰਾ, ਉਹਦੇ ਸਾਰੇ ਬਿੱਲ ਲੱਗਦੇ। ਅੱਛਾ, ਹਾਂਜੀ, ਪੱਕਾ ਕੰਮ ਕਰਕੇ ਦੇਣਾ ਪੈਂਦਾ ਪੂਰਾ ਉਹਨਾਂ ਦਾ ਪੈਡ ਐਂਡ। ਤੇ ਇੱਕ ਬੰਦੇ ਦੇ ਨਾਂ ਤੇ ਬਾਈ ਕਿੰਨੇ ਏਕੜ ਤੇ ਸਬਸਿਡੀ ਮਿਲਦੀ ਆਪਾਂ ਨੂੰ ਇਹ ਬਾਈ ਜੀ? ਇੱਕ ਬੰਦੇ ਦੇ ਨਾਂ ਤੇ ਮਤਲਬ 5 ਏਕੜ ਤੱਕ, 10 ਸਾਲਾਂ 'ਚ ਇੱਕ ਵਾਰ। ਅੱਛਾ, ਇੱਕ ਵਾਰ ਮਿਲਦੀ ਬਾਈ? 5 ਏਕੜ ਤੱਕ, ਜੇ 5 ਏਕੜ ਤੋਂ ਵੱਧ ਮਤਲਬ ਇੱਕ ਮਾਲਕ ਦੇ ਨਾਮ ਤੇ ਹੈ ਤਾਂ ਉਹ ਪਹਿਲੇ 5 ਏਕੜ ਦੀ ਤਾਂ ਮਿਲ ਜੂਗੀ, ਉਸ ਤੋਂ ਜਿਹੜੇ ਉੱਪਰ ਹੈ ਮਤਲਬ ਉਹਦੀ। ਅੱਛਾ ਅੱਛਾ, ਤੇ ਮੇਰੇ 10 ਸਾਲਾਂ 'ਚ ਇੱਕ ਵਾਰੀ ਬਾਈ? ਹਾਂਜੀ ਹਾਂਜੀ, ਠੀਕ ਹੈ ਜੀ। ਤੇ ਬਾਈ ਜਦੋਂ ਅਸੀਂ ਆ ਰਹੇ ਸੀ ਦੇਖਿਆ ਸੀ ਉਧਰ ਇੱਕ ਡੱਗ ਪੱਟਿਆ ਹੋਇਆ ਛੋਟਾ ਜਿਹਾ, ਉਹਦਾ ਕੀ ਕੰਮ ਹੈ ਬਾਈ? ਉਹ ਬਾਈ ਜੀ ਮਤਲਬ ਵੇਸਟੇਜ ਬਣਾਈ ਹੋਈ ਆ। ਅੱਛਾ ਬਾਈ, ਉਹ ਜਦੋਂ ਚੱਲਦੇ ਕਲਚਰ ਦੇ ਵਿੱਚੋਂ ਪਾਣੀ ਕੱਢ ਕੇ ਅਸੀਂ ਉਹਦੇ ਵਿੱਚ ਪਾ ਦਿੰਦੇ ਹੁੰਦੇ ਹਾਂ ਜਦੋਂ ਪਾਣੀ ਇਧਰੋਂ ਪੁਰਾਣਾ ਹੋ ਜਾਂਦਾ। ਠੀਕ ਹੈ, ਹਾਂਜੀ, ਉਹਦੇ ਵਾਸਤੇ ਬਣਾਈ ਹੋਈ। ਤੇ ਬਾਈ
जमा दुख तोड़ते बाई ने, बाई बाई ने यार जमा दुख तोड़ते बाई, बहुत जानकारी दी बाई बाई ने, ते सिरा लग गया पै जमा। बहुत आनंद आया बाई बाई, ठीक है बाई जी, चंगा जी।